ਜਿਹੜਾ ਆਦਮੀ ਆਪਣੇ ਪਾਪਾਂ ਨੂੰ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ, ਉਹ ਸਫਲ ਨਹੀਂ ਹੁੰਦਾ, ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ, ਜਿਹੜਾ ਮੰਨ ਕੇ ਆਪਣੇ ਅਪਰਾਧ ਆਪਣੀਆਂ ਗਲਤੀਆਂ ਗੁਨਾਹਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ, ਉਹਦੇ ਉੱਤੇ ਪ੍ਰਭੂ ਦੀ ਕਿਰਪਾ ਪ੍ਰਭੂ ਦੀ ਰਹਿਮਤ ਹੋ ਜਾਂਦੀ ਹੈ, ਉਹਦੇ ਉੱਤੇ ਰਹਿਮ ਕੀਤਾ ਜਾਏਗਾ। ਸੋ ਮੇਰੇ ਅਜ਼ੀਜ਼ ਭਾਈਓ ਤੇ ਭੈਣੋ, ਕੁਰਬਾਨੀ ਚਲਾਉਣ ਦੇ ਨਾਲੋਂ ਹੁਕਮ ਮੰਨਣਾ ਜ਼ਿਆਦਾ ਜ਼ਰੂਰੀ ਹੈ। ਪਰਮੇਸ਼ਵਰ ਦੀ ਵਿਵਸਥਾ ਉੱਤੇ ਮਨ ਲਗਾਉਣਾ, ਇਸ ਨੂੰ ਆਪਣਾ ਸਮਝਣਾ ਕਿ ਮੇਰੀ ਵਿਰਾਸ ਹੈ, ਇਸ ਨੂੰ ਸੁਣਨ ਦੇ ਲਈ ਹਮੇਸ਼ਾ ਤਿਆਰ ਰਹਿਣਾ, ਆਪਣੀ ਜ਼ਿੰਦਗੀ ਵਿੱਚ ਵਚਨ ਨੂੰ ਲਾਗੂ ਕਰਨਾ, ਉਸ ਤੋਂ ਖੁਦਾ ਖੁਸ਼ ਹੈ। ਪਰਮੇਸ਼ਵਰ ਨੇ ਇਹ ਵਿਵਸਥਾ ਜੋ ਹੈ ਕਾਹਦੇ ਵਾਸਤੇ ਦਿੱਤੀ ਹੈ? ਆਪਣੇ ਲੋਕਾਂ ਦੇ ਲਈ ਦਿੱਤੀ ਹੈ। ਪੁਰਾਣੇ ਨਿਯਮ ਦੇ ਵਿੱਚ ਵਿਵਸਥਾ ਦਿੱਤੀ ਗਈ, ਸ਼ਰੀਅਤ ਦਿੱਤੀ ਗਈ, ਹੁਕਮਨਾਮਾ ਦਿੱਤਾ ਗਿਆ, ਤੇ ਉਹਦੇ ਨਾਲ ਹੀ ਉਹਨਾਂ ਨੇ ਕਿਹਾ ਗਿਆ ਯਹੋਸ਼ੂਆ ਦੇ ਕਿਤਾਬ ਦੇ ਵਿੱਚ ਅਸੀਂ ਦੇਖਦੇ ਹਾਂ, ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਵੱਖ ਨਾ ਹੋਵੇ, ਇਸ ਤੋਂ ਤੂੰ ਖੱਬੇ ਤੇ ਸੱਜੇ ਨਾ ਮੁੜੀ, ਤਾਂ ਕਿ ਜਿੱਥੇ ਤੂੰ ਜਾਵੇਂ ਉੱਥੇ ਤੂੰ ਸਫਲ ਹੋ ਜਾਏ, ਕਾਮਯਾਬ ਹੋ ਜਾਏ। ਸੋ ਪਰਮੇਸ਼ਵਰ ਨੇ ਆਪਣਾ ਵਚਨ ਸਾਨੂੰ ਇਸੇ ਲਈ ਦਿੱਤਾ ਹੈ, ਪਰ ਅੰਤ ਦੇ ਦਿਨ ਹੋਣ ਕਰਕੇ ਅੱਜ ਦੇ ਸਮੇਂ ਵਿੱਚ ਜਿੱਥੇ ਵਿਵਸਥਾ ਜਾਂ ਪਰਮੇਸ਼ਵਰ ਦੇ ਵਚਨ ਦੀ ਖਰੀ ਸਿੱਖਿਆ ਹੋਵੇਗੀ ਉੱਥੇ ਲੋਕ ਟਿਕਣਗੇ ਨਹੀਂ। ਸੁਣ ਲੋ, ਜਿੱਥੇ ਪਾਸਟਰ ਵਚਨ ਦੀ ਖਰੀ ਸਿੱਖਿਆ ਦੇਣਗੇ ਉੱਥੇ ਲੋਕ ਟਿਕਦੇ ਨੇ। ਅੱਜ ਦੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੈ, ਕਿਉਂਕਿ ਤੀਤਸ ਦੀ ਪੱਤਰੀ ਵਿੱਚ, ਤਿਮੋਥੀਸ ਦੀ ਪੱਤਰੀ ਵਿੱਚ ਇਹਦੇ ਲਈ ਕਾਫੀ ਕੁਛ ਲਿਖਿਆ ਹੈ ਕਿ ਅੰਤ ਦੇ ਦਿਨਾਂ ਦੇ ਵਿੱਚ ਕੰਨਾਂ ਦੀ ਖੁਜਲੀ ਦੇ ਕਰਕੇ ਲੋਕਾਂ ਨੂੰ ਖਰੀ ਸਿੱਖਿਆ ਚੰਗੀ ਨਹੀਂ ਲੱਗੇਗੀ, ਉਹਨਾਂ ਨੂੰ ਸਿਰਫ ਕੀ ਆ ਕਹਾਣੀਆਂ ਚੰਗੀਆਂ ਲੱਗਣਗੀਆਂ, ਨਾਨੀ ਦੀ ਪੜਨਾਨੀ ਦੀ, ਇੱਧਰ ਦੀ ਉੱਧਰ ਦੀ ਹਾਸੇ ਵਾਲੀਆਂ ਗੱਲਾਂ ਸੁਣਾ ਦਿਓ, ਹੋਰ ਤੁਸੀਂ ਦੁਨਿਆਵੀ ਸਟੋਰੀਆਂ ਸੁਣਾ ਦਿਓ, ਬਹੁਤ ਖੁਸ਼ ਰਹਿਣਗੇ। ਪਰ ਜਦੋਂ ਖਰੀ ਸਿੱਖਿਆ ਜਿਹੜੀ ਹੈ ਉਸ ਦਾ ਜ਼ਿਕਰ ਹੋਏਗਾ ਕਿ ਖੁਦਾ ਦੇ ਕਲਾਮ ਦੇ ਮੁਤਾਬਕ ਪ੍ਰਭੂ ਦਾ ਵਚਨ ਸਾਨੂੰ ਇਸ ਤਰ੍ਹਾਂ ਕਹਿੰਦਾ ਕਿ ਸਾਨੂੰ ਇਸ ਤਰ੍ਹਾਂ ਚੱਲਣਾ ਚਾਹੀਦਾ ਹੈ, ਉਹ ਸਾਨੂੰ ਹਜ਼ਮ ਨਹੀਂ ਹੁੰਦੀਆਂ ਗੱਲਾਂ। ਇਸ ਕਰਕੇ ਲੋਕ ਉੱਥੇ ਜ਼ਿਆਦਾ ਬਹਿਣਾ ਪਸੰਦ ਕਰਦੇ ਹੈ ਜਿੱਥੇ ਵਚਨ ਦੀ ਖਰੀ ਸਿੱਖਿਆ ਜਾਂ ਸਖਤਾਈ ਨਾ ਹੋਵੇ। ਉਹਨਾਂ ਨੂੰ ਸਿਰਫ ਕੀ ਚਾਹੀਦਾ ਹੈ? ਬਰਕਤ ਚਾਹੀਦੀ ਹੈ, ਚਮਤਕਾਰ ਚਾਹੀਦੇ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਸਾਡਾ ਯਿਸੂ ਮਸੀਹ ਚਮਤਕਾਰ ਕਰਦਾ ਹੈ, ਯਿਸੂ ਮਸੀਹ ਬਰਕਤ ਦਿੰਦਾ ਹੈ, ਕੋਈ ਸ਼ੱਕ ਨਹੀਂ ਹੈ। ਮੇਰਾ ਪਰਮੇਸ਼ਰ ਬਦੌਣ ਵਾਲਾ, ਚਮਤਕਾਰ ਕਰਨ ਵਾਲਾ, ਵੱਡੇ ਵੱਡੇ ਕੰਮ ਕਰਨ ਵਾਲਾ ਪਰਮੇਸ਼ਰ ਹੈ। ਉਹ ਆਪਣੇ ਨਾਮ ਦੀ ਖਾਤਰ ਵੱਡੇ ਵੱਡੇ ਕੰਮ ਕਰਦਾ ਹੈ, ਕਿਸੇ ਬੰਦੇ ਦੀ ਖਾਤਰ ਨਹੀਂ, ਇਨਸਾਨ ਦੀ ਖਾਤਰ ਨਹੀਂ, ਸਿਰਫ ਪ੍ਰਭੂ ਆਪਣੇ ਨਾਮ ਦੀ ਖਾਤਰ। ਕਿਉਂਕਿ ਲਿਖਿਆ, ਮੈਂ ਗਯੂਰ ਖੁਦਾ ਹਾਂ, ਅਣਖ ਰੱਖਣ ਵਾਲਾ ਪਰਮੇਸ਼ਰ ਹਾਂ, ਜਿੱਥੇ ਵੀ ਕਿਤੇ
ਉਸਦੇ ਨਾਮ ਦੇ ਵਿੱਚ ਲੋਕ ਇਕੱਠੇ ਹੁੰਦੇ ਹੈ, ਪਰਮੇਸ਼ਰ ਆਪਣੇ ਨਾਮ ਦੀ ਖਾਤਰ ਉੱਥੇ ਵੱਡੇ ਕੰਮ ਕਰ ਦਿੰਦਾ ਬੰਦੇ ਦੇ ਕਰਕੇ ਨਹੀਂ। ਹਾਲੇਲੂਇਆ। ਸੋ ਪ੍ਰਭੂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕਰ ਸਕਦਾ ਹੈ। ਹਾਲੇਲੂਇਆ। ਜੇਕਰ ਤੁਸੀਂ ਉਹਦੀ ਵਿਵਸਥਾ ਨੂੰ, ਉਹਦੇ ਵਚਨ ਨੂੰ ਆਪਣੇ ਦਿਲ ਦੇ ਵਿੱਚ ਰੱਖੋ ਤੇ ਖੁਦਾ ਤੁਹਾਡੇ ਵਾਸਤੇ ਸਭ ਕੁਝ ਕਰ ਸਕਦਾ ਹੈ। ਖੁਦਾਵੰਦ ਤੁਹਾਨੂੰ ਇਸ ਜੋ ਅਸੀਂ ਕਹੋਤਾਂ ਦੀ ਕਿਤਾਬ ਦੇ ਵਿੱਚੋਂ ਵਚਨ ਪੜ੍ਹਿਆ ਸੀ, ਇਸ ਦੇ ਦੁਆਰਾ ਖੁਦਾਵੰਦ ਤੁਹਾਨੂੰ ਆਸ਼ੀਸ਼ ਦੀ ਬਰਕਤ ਦੇਵੇ। ਸਭ ਬੋਲੀਏ ਹਾਲੇਲੂਇਆ, ਹਾਲੇਲੂਇਆ। ਤੇ ਹੁਣ ਗਵਾਹੀ ਦਾ ਟਾਈਮ ਹੈ। ਅਗਰ ਕਿਸੇ ਦੇ ਜੀਵਨ ਦੇ ਵਿੱਚ ਕੋਈ ਗਵਾਹੀ ਹੈ, ਉਹ ਖੜੇ ਹੋ ਕੇ ਆਪਣੀ ਗਵਾਹੀ ਦੇ ਸਕਦੇ ਹੋ। ਖੁਦਾ ਤੁਹਾਨੂੰ ਬਲੈਸ ਕਰੇ, ਬਰਕਤ ਦੇਵੇ। ਹਾਲੇਲੂਇਆ। ਜਲਦੀ ਜਲਦੀ ਗਵਾਹੀ ਆਪਣੀ ਦੇ ਸਕਦੇ ਹੋ।